ਸਤਿਕਾਰ ਜੀ ਮੈਂ ਹਰਜਿੰਦਰ ਸਿੰਘ ਫਰੋਮ ਐਰਲ ਇਮੀਗ੍ਰੇਸ਼ਨ ਬਠਿੰਡਾ ਅੱਜ ਦਾ ਮੇਰਾ ਟੌਪਿਕ ਹੈ ਲਾਤਵੀਆ ਦੀ ਅਪਾਇੰਟਮੈਂਟ ਲਾਤਵੀਆ ਦੇ ਵਿੱਚ ਤੁਸੀਂ ਸਪਟੰਬਰ ਅਨਟੇਕ ਆਪਣਾ ਕਲੋਜ਼ ਹੋ ਚੁੱਕਿਆ ਇਸ ਟਾਈਮ ਤੁਸੀਂ ਫਰਵਰੀ ਅਨਟੇਕ ਦੀ ਫਾਈਲ ਸਬਮਿਟ ਕਰਾਉਣਾ ਚਾਹੁੰਦੇ ਹੋ ਅੰਬੈਸੀ ਦੇ ਵਿੱਚ ਬਟ ਆਪਾਂ ਨੂੰ ਅਪਾਇੰਟਮੈਂਟ ਨਹੀਂ ਮਿਲ ਰਹੀ ਅਪਾਇੰਟਮੈਂਟ ਤੁਹਾਨੂੰ ਪਤਾ ਹੈ ਅਪਾਇੰਟਮੈਂਟ ਲੈਣ ਦੇ ਲਈ ਇੱਕ ਇਨਵੀਟੇਸ਼ਨ ਨੰਬਰ ਜੋ ਜਨਰੇਟ ਹੁੰਦਾ ਯੂਨੀਵਰਸਿਟੀ ਦੇ ਵੱਲੋਂ ਉਹ ਤੁਹਾਨੂੰ ਰੈਫਰੈਂਸ ਨੰਬਰ ਜਿਵੇਂ ਕਿ ਆਪਣੀ ਹੈਲੋ ਵੈਰੀਫਿਕੇਸ਼ਨ ਹੁੰਦੀ ਹੈ ਉਸਦਾ ਰੈਫਰੈਂਸ ਨੰਬਰ ਹੈਲੋ ਵੈਰੀਫਿਕੇਸ਼ਨ ਦਾ ਨੰਬਰ ਵੀ ਪੈਂਦਾ ਹੁੰਦਾ ਐਂਡ ਇੱਕ ਇਨਵੀਟੇਸ਼ਨ ਨੰਬਰ ਜੋ ਗਰੰਟੀ ਲੈਟਰ ਹੁੰਦਾ ਉਹ ਨੰਬਰ ਪੈ ਕੇ ਫਿਰ ਤੁਸੀਂ ਆਪਣੀ ਅਪੁਆਇੰਟਮੈਂਟ ਲੈ ਸਕਦੇ ਹੋ ਬਟ ਜਦੋਂ ਆਪਾਂ BFS ਦੇ ਉੱਪਰ ਪੋਰਟਲ ਦੇ ਉੱਪਰ ਜਾਂਦੇ ਹਾਂ ਜਦੋਂ ਆਪਾਂ ਅਪੁਆਇੰਟਮੈਂਟ ਬੁੱਕ ਕਰਦੇ ਹਾਂ ਉਸ ਦੇ ਵਿੱਚ ਇੱਕ ਐਰਰ ਆਉਂਦਾ ਜਿਸ ਦੇ ਕਰਕੇ ਆਪਾਂ ਅਪੁਆਇੰਟਮੈਂਟ ਨਹੀਂ ਲੈ ਸਕਦੇ ਜੇ ਤੁਸੀਂ ਲਾਤਵੀਆ ਦੇ ਰਿਗਾਰਡਿੰਗ ਅਪੁਆਇੰਟਮੈਂਟ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਿਸੇ ਵੀ ਟਾਈਮ ਕੰਸਰਨ ਕਰ ਸਕਦੇ ਹੋ ਐਂਡ ਤੁਸੀਂ ਇੰਟਰਵਿਊ ਦੇ ਵਿੱਚ ਕੀ ਕੁਐਸਚਨ ਪੁੱਟ ਕੀਤੇ ਜਾਂਦੇ ਹੈ ਤੁਸੀਂ ਕਿਵੇਂ ਇੰਟਰਵਿਊ ਕਲੀਅਰ ਕਰ ਸਕਦੇ ਹੋ ਕਿਉਂਕਿ ਸਭ ਤੋਂ ਪਹਿਲਾਂ ਓਨਲੀ ਔਨ ਤੁਹਾਡੀ ਜੋ ਫਾਈਲ ਹੈ ਉਹ ਸਬਮਿਟ ਹੁੰਦੀ ਹੈ BFS ਦੇ ਵਿੱਚ ਉਸ ਤੋਂ ਬਾਅਦ ਉਹ 4 ਜਾਂ 5 ਦਿਨਾਂ ਤੋਂ ਬਾਅਦ ਤੁਹਾਨੂੰ ਦੁਬਾਰਾ ਕਾਲ ਕਰਦੇ ਹੈ ਜਾਂ ਤੁਹਾਨੂੰ ਮੇਲ ਆਉਂਦੀ ਹੈ ਕਿ ਤੁਹਾਨੂੰ ਦੁਬਾਰਾ ਬੁਲਾਇਆ ਜਾਂਦਾ ਦੁਬਾਰਾ ਇਨਵਾਈਟ ਕੀਤਾ ਜਾਂਦਾ ਫੋਰ ਇੰਟਰਵਿਊ ਦੇ ਲਈ ਉਹ ਇੰਟਰਵਿਊ ਤੁਹਾਡੀ ਸਕਾਈਪ 'ਤੇ ਹੁੰਦੀ ਹੈ ਐਂਡ ਉੱਥੇ ਜਾ ਕੇ ਦਿੱਲੀ ਜਾ ਕੇ ਸਪੈਸ਼ਲ ਹੋਊਗੀ ਦੈਨ ਤੁਸੀਂ ਇੰਟਰਵਿਊ ਨੂੰ ਕਲੀਅਰ ਕਰ ਸਕਦੇ ਹੋ ਬਿਲਕੁਲ ਨੋਰਮਲ ਬੇਸਿਕ ਕੁਐਸਚਨ ਪੁੱਛੇ ਜਾਂਦੇ ਹੈ ਸੋ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੇ ਤੁਸੀਂ ਲਾਤਵੀਆ ਦੇ ਰਿਗਾਰਡਿੰਗ ਇੰਟਰਵਿਊ ਦੇ ਬਾਰੇ ਐਂਡ ਅਪੁਆਇੰਟਮੈਂਟ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਓਨਲੀ ਔਨ ਸਟੱਡੀ ਵੀਜ਼ੇ ਦੇ ਬਾਰੇ ਮੈਂ ਗੱਲ ਕਰ ਰਿਹਾ ਐਂਡ ਅਦਰ ਵੀ ਕਿਸੇ ਵੀ ਟਾਈਪ ਦਾ ਕੋਈ ਵੀਜ਼ਾ ਹੈ ਚਾਹੇ ਉਹ ਟੂਰਿਸਟ ਵੀਜ਼ਾ ਹੈ ਜਾਂ ਅਦਰ ਟਾਈਪ ਕਿਸੇ ਵੀ ਟਾਈਪ ਦਾ ਵੀਜ਼ਾ ਹੈ ਤੁਸੀਂ ਸਾਨੂੰ ਕਿਸੇ ਵੀ ਟਾਈਮ ਕੰਸਰਨ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ